ਜਿਹੜੀ ਕੋਵਿਡ ਦੀ ਵੈਕਸੀਨ ਹੈ ਸਾਡੀ ਜਥੇਬੰਦੀ ਦਾ ਇਹ ਫੈਸਲਾ ਹੋਇਆ ਕਿ ਅਸੀਂ ਇਹ ਵੈਕਸੀਨ ਜਿਹੜਾ ਇੰਜੈਕਸ਼ਨ ਹੈ ਅਸੀਂ ਨਹੀਂ ਲਵਾਵਾਂਗੇ ਕਿਉਂਕਿ ਇਹ ਇੰਜੈਕਸ਼ਨ ਅਸੀਂ ਉਦੋਂ ਤੱਕ ਵੈਕਸੀਨ ਨੂੰ ਨਹੀਂ ਲਵਾਂਗੇ ਜਦੋਂ ਤੱਕ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਅਤੇ ਸਾਨੂੰ ਹਰਿਆਣਾ ਪੈਟਰਨ ਹੈ ਜਿਹੜਾ ਉਹ ਲਾਗੂ ਨਹੀਂ ਕੀਤਾ ਜਾਂਦਾ ਉਦੋਂ ਤੱਕ ਅਸੀਂ ਇਸ ਵੈਕਸੀਨ ਦਾ ਜਿਹੜਾ ਬਾਈਕਾਟ ਰੱਖਾਂਗੇ ਇਹ ਪੂਰੇ ਪੰਜਾਬ ਦੇ ਵਿੱਚ ਆਲ ਪੰਜਾਬ ਦੇ ਵਿੱਚ ਹਰ ਇੱਕ ਪੀਐਸਸੀ ਸੀਐਸਸੀ ਦੇ ਵਿੱਚ ਜਿੰਨੀਆਂ ਵੀ ਸਾਡੀਆਂ ਆਸ਼ਾ ਵਰਕਰ ਤੇ ਫੈਸੀਲੇਟਰਾਂ ਨੇ ਉਹ ਸਾਰੇ ਪੰਜਾਬ ਦੇ ਵਿੱਚ ਹੀ ਜਿਹੜਾ ਉਦੋਂ ਤੱਕ ਬਾਈਕਾਟ ਰੱਖਣਗੇ ਜਦੋਂ ਤੱਕ ਸਾਡੀਆਂ ਮੰਨੀਆਂ ਮੰਗਾਂ ਅਤੇ ਸਾਨੂੰ ਹਰਿਆਣਾ ਪੈਟਰਨ ਹੈ ਜਿਹੜਾ ਉਹ ਲਾਗੂ ਨਹੀਂ ਕੀਤਾ ਜਾਂਦਾ ਸਾਡੀਆਂ ਜਿਹੜੀਆਂ ਪਿਛਲੀ ਬੀਤੇ ਦਿਨਾਂ ਦੇ ਵਿੱਚ ਪੈਨਲ ਮੀਟਿੰਗ ਹੋਈ ਸੀ ਹੈਲਥ ਮਨਿਸਟਰ ਸਾਹਿਬ ਆਪ ਖੁਦ ਮੀਟਿੰਗ ਦੇ ਵਿੱਚ ਬੈਠੇ ਸਾਰੇ ਡਾਇਰੈਕਟਰ ਐਨਐਚਐਮ ਦੇ ਡਾਇਰੈਕਟਰ ਸਾਹਿਬ ਬੈਠੇ ਸੀ ਉਹਦੇ ਵਿੱਚ ਸਭ ਤੋਂ ਪਹਿਲੀ ਮੰਗ ਮੰਨੀ ਸੀ ਕਿ ਹਰਿਆਣਾ ਪੈਟਰਨ ਆਸ਼ਾ ਵਰਕਰਾਂ ਨੂੰ ਜਿਹੜਾ ਦਿੱਤਾ ਜਾਊਗਾ 500 ਰੁਪਿਆ ਟੂਰ ਮਨੀ ਜਿਹੜਾ ਮੰਨਿਆ ਸੀ ਤੇ ਇਸ ਤੋਂ ਇਲਾਵਾ ਸਾਨੂੰ ਸਮਾਰਟ ਫੋਨ ਦੀਵਾਲੀ ਦੇ ਮੌਕੇ ਦੇਣ ਦਾ ਵੀ ਗਿਫਟ ਸਰਕਾਰ ਵੱਲੋਂ ਕਿਹਾ ਗਿਆ ਸੀ ਤੇ ਇਸ ਤੋਂ ਬਦੌਲਤ ਹੋਰ ਜਿਹੜੀਆਂ ਸੀਐਸਓ ਦੇ ਫੰਡ ਨੇ ਉਸ ਦੇ ਵਿੱਚ ਆਸ਼ਾ ਵਰਕਰ ਨੂੰ ਹਰ ਮਹੀਨੇ ਸੀਐਸਓ ਦਾ ਇਨਸੈਂਟਿਵ ਦੇਣ ਦਾ ਫੈਸਲਾ ਹੋਇਆ ਤੇ ਫੈਸੀਲੇਟਰ ਨੂੰ ਉਸ ਸਕੀਮ ਦੇ ਵਿੱਚ ਜੋੜਨ ਦਾ ਵੀ ਜਿਹੜਾ ਫੈਸਲਾ ਸਰਕਾਰ ਵੱਲੋਂ ਕੀਤਾ ਗਿਆ ਸੀ ਪਰੰਤੂ ਹੁਣ ਤੱਕ ਜਿਹੜੀਆਂ ਮੰਗਾਂ ਨੇ ਦੀਵਾਲੀ ਦੇ ਤਿਉਹਾਰ ਮੌਕੇ ਵੀ ਤੇ ਸਾਰੇ ਤਿਉਹਾਰ ਵੀ ਲੰਘ ਗਏ ਨੇ ਤੇ ਹੁਣ ਤੱਕ ਜਿਹੜੀਆਂ ਉਹ ਮੰਗਾਂ ਲਾਗੂ ਨਹੀਂ ਹੋਈਆਂ ਜਿਸ ਕਰਕੇ ਸਾਡੀਆਂ ਪੰਜਾਬ ਦੀਆਂ ਵਰਕਰਾਂ ਦੇ ਵਿੱਚ ਭਾਰੀ ਰੋਸ ਤੇ ਗੁੱਸਾ ਹੈ।